मेरा बच्चा मेरा कौन देगा। सोनू वागरी अपने हंजू रोक नहीं पा रहे। उन्होंने अपने दो बच्चे गवा दिते ते हुण उन्हां दा घर भी तोड़ दिता गया। सोनू ते उन्हां दे पति मनोज वागरी मुंबई दे वडाला पुल ते बनियां चुगियां च रहिंदे सन। 17 मार्च 2024 नूं उन्हां दे दो बच्चे 5 साल अंकुश अते 4 साल दा अर्जुन गुम हो गया। अगले दिन उन्हां बच्चियां दीआं लाशां ਨੇੜਲੇ ਪਾਕ ਦੀ ਟੈਂਕੀ ਦੇ ਵਿੱਚ ਮਿਲੀਆਂ। ਸਭ ਢਕਾ ਉਧਰ ਢੂੰਡਾ ਉਧਰ ਢੂੰਡਾ, ਮੈਨੂੰ ਕੋ ਨਹੀਂ ਮਿਲਾ ਮੇਰੇ ਬੱਚੇ ਲੋਕ। ਉਹ ਬੜਾ ਸਾਹਿਬ ਇਧਰ ਆਇਆ ਹਮਾਰੇ ਪਾਸ, ਫਿਰ ਕੈਮਰੇ ਮੈਂ ਹਮ ਲੋਕ ਨੇ ਦੇਖਾ ਤਾਂ ਮੇਰੇ ਬੱਚੇ ਲੋਕ ਇਧਰ ਗਏ। ਕਿਤਨਾ ਰਾਤ ਕੋ 5-6 ਜਣਾ ਗਿਆ ਉਧਰ, ਪਰ ਕਿਸੇ ਕੋ ਮਿਲਾ ਨਹੀਂ। ਉਹ ਸੁਬਹ ਮੈਂ 6 ਵਜੇ ਗਿਆ ਨਾ, ਦੂਸਰਾ ਦੋ ਉਸਕੇ ਸਾਥ ਮੈਂ ਗਏ, ਮੇਰੇ ਹਸਬੈਂਡ ਕੇ ਸਾਥ ਮੈਂ। ਤਾਂ ਮੈਂ ਉਹ ਬੋਲਾ ਉਹ ਲੱਕੜੀ ਸੇ ਐਸੇ ਐਸੇ ਡੁਬਾਇਆ ਨਾ, ਤਾਂ ਮੇਰੇ ਇਹ ਬੜਾ ਬੜਾ ਲੜਕਾ ਨਿਕਲਾ, ਮੇਰਾ ਅੰਕੁਸ਼ ਨਿਕਲਾ ਪਹਿਲਾਂ, ਫਿਰ ਉਸਕੇ ਸਾਥ ਸਾਥ ਮੈਂ ਮੇਰਾ ਪਾਪਾ ਲਈ ਨਿਕਲਾ। ਇਹ ਪਾਰਕ ਮੁੰਬਈ ਨਗਰ ਨਿਗਮ ਦਾ ਹੈ। ਇਸ ਘਟਨਾ ਤੋਂ ਬਾਅਦ ਟੈਂਕੀ ਦੇ ਆਲੇ ਦੁਆਲੇ ਵੱਡੀ ਦੀਵਾਰ ਬਣਾ ਦਿੱਤੀ ਗਈ ਹੈ ਅਤੇ ਟੈਂਕੀ ਤੇ ਢੱਕਣ ਵੀ ਲਗਾ ਦਿੱਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਪਹਿਲਾਂ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਇਹ ਦੋ ਜਾਨਾਂ ਬਚ ਜਾਂਦੀਆਂ। ਟੰਕੀ ਹੈ ਔਰ ਉਸਮੇ ਖਾਲੀ ਤਾਲ ਪੱਤਰੀ ਡਾਲਾ ਹੈ, ਢੱਕਣ ਕਿਉਂ ਨਹੀਂ ਡਾਲਾ? ਫਿਰ ਪਿੱਛੇ ਸੇ ਮਾਲੂਮ ਪੜਾ ਕਿ ਉਹ ਟੰਕੀ ਤੋਂ ਉਹ ਲੋਕ ਯੂਜ਼ ਕਰਤੇ ਨਹੀਂ, ਔਰ ਯੂਜ਼ ਕਰਤੇ ਨਹੀਂ ਤਾਂ ਪਾਣੀ ਭਰ ਕੇ ਰੱਖਣੇ ਕਾ ਕੋਈ ਮਤਲਬ ਹੀ ਨਹੀਂ ਹੋਤਾ ਹੈ। ਮੁੰਬਈ ਹਾਈ ਕੋਰਟ ਨੇ ਇਸ ਪੂਰੇ ਮਾਮਲੇ ਦਾ ਸੂ ਮੋਟੋ ਲਿਆ ਅਤੇ BMC ਯਾਨੀ ਕਿ ਬੰਬੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਨੋਟਿਸ ਭੇਜਿਆ। ਹਾਲਾਂਕਿ ਮਾਮਲਾ ਹਾਲੇ ਵੀ ਅਦਾਲਤ ਦੇ ਵਿੱਚ ਹੈ, ਪਰ BMC ਨੇ ਇਸ ਪਰਿਵਾਰ ਦੀ ਝੁੱਗੀ ਨੂੰ ਤੋੜ ਦਿੱਤਾ ਜਿੱਥੇ ਉਹ ਰਹਿੰਦੇ ਸਨ। ਉਹ ਆਏ ਤੇ ਉਹਨਾਂ ਨੇ ਸਾਡੀਆਂ ਝੁੱਗੀਆਂ ਤੋੜ ਦਿੱਤੀਆਂ, ਸਾਡਾ ਮੰਦਿਰ ਵੀ ਢਾ ਦਿੱਤਾ, ਸਾਡੀ ਬਸਤੀ ਹੀ ਉਜਾੜ ਦਿੱਤੀ, ਨਾਲ ਹੀ ਟੈਂਕੀ ਦੇ ਆਲੇ ਦੁਆਲੇ ਕੰਧ ਉਸਾਰ ਦਿੱਤੀ ਅਤੇ ਟੈਂਕੀ ਨੂੰ ਢੱਕ ਦਿੱਤਾ। ਵੱਡੇ ਘਰਾਂ ਦੇ ਬੱਚੇ ਵੀ ਇਸ ਪਾਰਕ ਵਿੱਚ ਖੇਡਣ ਆਉਂਦੇ ਸਨ। ਜਿੱਥੇ ਬੱਚੇ ਖੇਡਦੇ ਹਨ ਉਸਦੇ ਨਾਲ ਹੀ ਟੈਂਕੀ ਲੱਗੀ ਸੀ। ਜੇਕਰ ਅਮੀਰਾਂ ਦੇ ਬੱਚੇ ਮਰਦੇ ਤਾਂ ਉਹਨਾਂ ਦੇ ਪਰਿਵਾਰ ਲਈ ਜ਼ਰੂਰ ਕੁਝ ਕਰਨਾ ਸੀ। ਅਸੀਂ ਕੀ ਕਰੀਏ, ਅਸੀਂ ਕੀ ਕਰ ਸਕਦੇ ਹਾਂ? ਲੋਕਲ ਮੀਡੀਆ ਦੇ ਮੁਤਾਬਕ BMC ਅਫਸਰਾਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਦਾ ਕੋਰਟ ਦੇ ਨੋਟਿਸ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਮੁੰਬਈ ਹਾਈ ਕੋਰਟ ਨੇ BMC ਨੂੰ ਪੁੱਛਿਆ ਕਿ ਮੁੰਬਈ ਦੇ ਵਿੱਚ ਕਿਸੇ ਇਨਸਾਨ ਦੀ ਜਾਨ ਦੀ ਕੀ ਕੀਮਤ ਹੈ, ਕਿ ਫੰਡਾਂ ਦੀ ਕਮੀ ਕਰਕੇ ਆਮ ਜਨਤਾ ਨੂੰ ਸੁਰੱਖਿਆ ਨਹੀਂ ਮਿਲ ਰਹੀ, ਅਜਿਹੇ ਲੋਕਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ, ਜਿਵੇਂ ਕਿ ਟ੍ਰੇਨ ਹਾਦਸੇ ਜਾਂ ਬੱਸ ਹਾਦਸੇ ਦੇ ਦੌਰਾਨ ਰੇਲਵੇ ਵਿਭਾਗ ਜਾਂ ਨਗਰ ਨਿਗਮ ਮੁਆਵਜ਼ਾ ਦਿੰਦਾ ਹੈ। ਪਰ ਕਿਉਂ BMC ਦੇ ਵਿੱਚ ਇਸ ਨੂੰ ਲੈ ਕੇ ਕੁਝ ਨਹੀਂ ਕੀਤਾ ਗਿਆ? ਪਰਿਵਾਰ ਅਤੇ ਰਿਸ਼ਤੇਦਾਰ ਨਿਆਂ ਮੰਗ ਰਹੇ ਨੇ ਅਤੇ ਕਹਿ ਰਹੇ ਨੇ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇ।